ਭਿਰਾਓ ਤੁਸਾਂ ਭਿਰਾਵਾਂ ਸੰਗੀਆਂ ਨੂੰ ਬੇਲੀਆਂ ਮਿੱਤਰਾਂ ਨੂੰ ਤਾਹਿਰ ਵਾਵਣੇ ਦੀ ਤਰਫੋਂ ਅਸਲਾਮੁ ਅਲੈਕੁਮ। ਵਾਲੇਕੁਮ ਉਸ ਤੋਂ ਬਾਅਦ ਇੱਕ ਅਰਜ਼ ਕਰੇ ਸਾਂ ਰੋੜਾ ਆਗਾਜ਼ ਕਰਾਂ ਡੋੜੇ ਤੋਂ ਬਈ ਮੁਸ ਇਸਲਾਈ ਡੋੜਾ ਹੈ ਭਿਰਾਓ ਜੀ ਜੀ ਦੇਖੋ ਬਈ ਅੱਜ ਕੱਲ੍ਹ ਸਾਡੇ ਵਿੱਚ ਇਨਸਾਨੀਅਤ ਕੋਈ ਨਹੀਂ ਰਹੀ, ਨਖਰਾ ਔਰ ਤਕਬਰ ਵੱਧ ਗਈ ਹੈ। ਇਸ ਗੱਲ ਨੂੰ ਮੈਂ ਮੱਦੇਨਜ਼ਰ ਰੱਖਦੇ ਹੋਏ ਇੱਕ ਡੋੜਾ ਲਿਖਿਆ ਹੈ, ਉਹ ਮੈਂ ਅਰਜ਼ ਕਰੇ ਨਾ ਬਈ ਮੁਸਲਮਾਨ ਭਿਰਾਓ ਜ਼ਰਾ ਗੌਰ ਕਰਾਏ ਅੱਜ ਕਰੂੰ ਇੱਕ ਸਲਾਹ ਏ ਬਣ ਵਨੂ ਹਮਦਰਦ ਅਸਾਂ ਇੱਕ ਬੈ ਦੇ ਦੇਉ ਦਿਲਾਂ ਵਿੱਚ ਬੁਗਜ਼ ਮਿਟਾਏ ਨਾ ਫਰਕ ਰੱਖੂੰ ਇੱਕ ਦੂਜੇ ਤੂੰ ਨਾ ਬਣੂ ਅਸਾਂ ਬੇਪਰਵਾਹ ਏ ਛੱਡ ਫਖਰ ਗਰੂਰ ਦੇਉ ਯਾਰ ਤਾਹਿਰ ਕਿਉਂ ਜੋ ਆਖਿਰ ਜੋਗ ਫਨਾ ਏ। ਵਾਹ ਵਾਹ ਬਿਸਮਿਲ੍ਲਾ ਉਬੇ ਸਾਈਂ ਡੋੜਾ ਅਰਜ਼ ਏ ਬਈ ਹੁਣ ਦੂਜੀ ਮਹਿਫਿਲ ਚ ਆ ਵਜਾ ਏ ਜੀ ਜੀ ਬਈ ਸਾਨੂੰ ਲੱਜ ਪਾਲਣ ਦਾ ਸ਼ੌਕ ਹੀ ਆ ਜਿੱਥੇ ਲਾਈਏ ਤੋੜ ਨਿਭਾਈਏ ਕੰਡ ਲੱਗਣ ਦਿੱਤੀ ਨਹੀਂ ਸੰਗਤੀ ਦੀ ਭਾਵੇਂ ਜਿਤਨੀ ਮੁਸ਼ਕਿਲ ਆਈਏ ਤੇ ਕਿਸੇ ਸ਼ਹਿਰ ਦਾ ਸਰਫਾ ਨਹੀਂ ਕੀਤਾ ਨਾ ਕੀਤੀ ਬੇਪਰਵਾਹੀਏ ਅਸਾਂ ਤਾਹਿਰ ਯਾਰ ਹਾਂ ਯਾਰਾਂ ਦੇ ਦੇਸੀ ਸਾਰਾ ਮੁਲਕ ਗਵਾਈਏ। ਵਾਹ ਵਾਹ ਬਿਸਮਿਲ੍ਲਾ ਕਿਆ ਬਾਤ ਹੈ ਤਾਇਰ ਸਾਈਂ ਇੱਕ ਡੋੜਾ ਇੱਕ ਹੋਰ ਲਾਸਟ ਡੋੜਾ ਮੈਂ ਅਰਜ਼ ਕਰੇ ਨਾ ਬਈ ਸਾਡਾ ਪਿਆਰ ਹਾਈ ਹਾਲੇ ਆਧਰਾਂ ਵੇ ਉਤੂ ਦਰਦਾਂ ਦੀ ਬਰਸਾਤ ਆ ਗਈ ਘੁੱਲੇ ਜੱਖੜ ਜੁਦਾਈ ਤੇ ਗਮ ਵਾਲੇ ਸਾਥ ਹਿਜਰ ਦੀ ਕਾਲੀ ਰਾਤ ਆ ਗਈ ਉਹਦੇ ਨਾਂ ਨਾਲ ਕਹਿੰਦਾ ਨਾ ਜੁੜਿਆ ਮੇਰੀ ਜਿੰਦ ਸੂਲੀ ਦੇ ਵਾਤ ਆ ਗਈ।